पुकार तब तब रखे हाथ दे रविदास कराम हमार जाला कट में प्राण रविदास परम पद पाए हैं दिन कट बसियो सत ईश का रूप है तहां सकते अति अपार रविदास सत तू तारणा दे आनंद गुणी निदान गुरु गरीब निवार गरीब निवार गरीब कृपा करो मुहि साईं कृपा करो मुहि साईं तुम करो कृपा कृपा करो कृपा करो कृपा करो कृपा करो
ਕਿਰਪਾ ਕਰੋ ਤੁਮ ਹੈ ਪੇ
मन घर साई
ऐसो बद जाते करुणा तजकित हो न जाई चरण अपनो जान ले होर लाई कृपा करो मोहि साईं कृपा करो मोहि साईं तुम करो कृपा कृपा करो मोहि साईं कृपा करो मोहि साईं तुम करो कृपा कृपा मोहि साईं तुम करो कृपा मोहि साईं तुम करो कृपा तुम करो कृपा तुम करो कृपा कृपा करो मोहि साईं कृपा करो मोहि साईं तुम करो कृपा ਸਤਿਕਾਰਯੋਗ ਜੋ ਗੁਰੂ ਪਿਆਰੀ ਸਾਧ ਸੰਗਤ ਜੀ ਹਰ ਹਫ਼ਤਾਵਾਰੀ ਦੀ ਤਰ੍ਹਾਂ ਇਸ ਹਫ਼ਤਾਵਾਰੀ ਵੀ ਐਤਵਾਰ ਵਾਲੇ ਦਿਨ ਦੀਵਾਨ ਆਰੰਭ ਹੋਏ ਨੇ ਸਤਿਗੁਰਾਂ ਦੀ ਆਗਿਆ ਲੈ ਕਰਕੇ ਐਤਵਾਰ ਅੰਮ੍ਰਿਤ ਦਾ ਭਰਿਆ ਬੋਲੇ ਅੰਮ੍ਰਿਤ ਬੈਨ ਗੁਰੂ ਕਾ ਸ਼ਬਦ ਜਪੋ ਦਿਨ ਰਾਤੀ ਤਾ ਵੈਸੁ ਚੈਨ ਐਤਵਾਰ ਵੀ ਸਭ ਲਗਾਏ ਹਰ ਕਾ ਸਿਮਰਨ ਸਾਰ ਰਵਿਦਾਸ ਜੋ ਨਾਮ ਉਚਾਰੀਏ ਪਾਇਆ ਮੁੱਖ ਦੁਆਰ ਦੇ ਪਾਵਨ ਪੁੱਤਰ ਮਹਾਂਵਾਕਾਂ ਦੇ ਅਨੁਸਾਰ ਅੱਜ ਸਾਰੀਆਂ ਸੰਗਤਾਂ ਡੇਰਾ ਸ੍ਰੀ 108 ਸੰਤ ਸਰਵਨ ਦਾਸ ਜੀ ਸੱਚਖੰਡ ਬੱਲਾਂ ਵਿਖੇ ਡੇਰਾ ਸੱਚਖੰਡ ਬੱਲਾਂ ਦੇ ਸੰਚਾਲਕ ਹਜ਼ੂਰ ਮਹਾਰਾਜ ਸਤਿਗੁਰ ਸਵਾਮੀ ਰੰਜਨ ਦਾਸ ਮਹਾਰਾਜ ਜੀ ਦੇ ਪਾਵਨ ਪਿੱਤਰ ਸ੍ਰੀ ਚਰਨਾ ਕਮਲਾਂ ਪਾਸ ਨਮਸਕਾਰਾਂ ਕਰਕੇ ਸਤਿਗੁਰਾਂ ਦੇ ਦਰਬਾਰ ਵਿਖੇ ਨਮਸਕਾਰਾਂ ਕਰਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲਾ ਕਰ ਰਹੇ ਹੋ। ਆਓ ਗੁਰੂ ਪਿਆਰੀ ਸਾਧ ਸੰਗਤ ਜੀ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਗੁਰੂ ਰਵਿਦਾਸ ਜੀ ਮਹਾਰਾਜ ਨੇ ਆਪਣੀ ਪਾਵਨ ਪੁੱਤਰ ਬਾਣੀ ਦੇ ਅੰਦਰ ਉਚਾਰਨ ਕੀਤਾ ਹੈ, ਸੁਰਤ ਸ਼ਬਦ ਜੋ ਏਕ ਹੋ ਤੋ ਪਾਏ ਹੈ ਪਰਮ ਆਨੰਦ, ਰਵਿਦਾਸ ਸੰਤਰ ਦੀਪਕ ਜਰਈ ਘਟ ਉਪਜਦੀ ਬ੍ਰਹਮ ਆਨੰਦ। ਕਿਉਂਕਿ ਜਦੋਂ ਸੁਰਤ ਦੇ ਨਾਲ ਸ਼ਬਦ ਦਾ ਮਿਲਾਪ ਹੁੰਦਾ ਹੈ
ਤੇ ਫਿਰ ਇਸ ਇਨਸਾਨ ਨੂੰ ਜਿਹੜਾ ਆਨੰਦ ਹੈ ਪਰਮੇਸ਼ੁਰ ਦੇ ਨਾਮ ਦਾ ਜੋ ਪ੍ਰਕਾਸ਼ ਰੂਪ ਧਾਰਨ ਕਰਕੇ ਪਰਮੇਸ਼ੁਰ ਜ਼ਰੇ ਜ਼ਰੇ ਕਣੇ ਕਣੇ ਵਿੱਚ ਹਰ ਇਨਸਾਨ ਦੇ ਅੰਦਰ ਵਿਰਾਜਮਾਨ ਹੈ, ਉਹ ਜੋ ਪ੍ਰਕਾਸ਼ ਰੂਪੀ ਪਰਮਾਤਮਾ ਹੈ ਇਨਸਾਨ ਨੂੰ ਆਪਣੇ ਅੰਦਰ ਦਿਖਾਈ ਦਿੰਦਾ ਹੈ ਗੁਰੂ ਦੀ ਕਿਰਪਾ ਦੇ ਅਨੁਸਾਰ। ਗੁਰੂ ਦੇ ਦੱਸੇ ਹੋਏ ਮਾਰਗ 'ਤੇ ਜਦੋਂ ਇਨਸਾਨ ਚੱਲਦਾ ਹੈ ਆਪਣੇ ਮਨ ਨੂੰ ਵਿਕਾਰਾਂ ਤੋਂ ਰਹਿਤ ਕਰਕੇ ਪਰਮੇਸ਼ੁਰ ਦੀ ਯਾਦ ਦੇ ਵਿੱਚ ਲਗਾਉਂਦਾ ਹੈ, ਗੁਰੂ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਫਿਰ ਇਸ ਇਨਸਾਨ ਨੂੰ ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਭਾਵ ਸੰਸਾਰ ਦੇ ਵਿੱਚ ਅਜਿਹਾ ਆਨੰਦ ਹੈ, ਸੰਸਾਰ ਦੇ ਵਿੱਚ ਕਿਤੋਂ ਵੀ ਆਪਾਂ ਲੱਭ ਲਈਏ ਉਹ ਆਨੰਦ ਜਿਹੜਾ ਨਹੀਂ ਲੱਭ ਸਕਦਾ ਜੋ ਜੀਵ ਨੂੰ ਆਪਣੇ ਅੰਦਰੋਂ ਪ੍ਰਾਪਤ ਹੁੰਦਾ ਹੈ। ਰਵਿਦਾਸ ਦਿਆ ਜਗਮਗ ਜਰੇ ਬਿਨ ਬਾਤੀ ਬਿਨ ਤੇਲ, ਸੁਰਤ ਸਾਧ ਕਰ ਗਏ ਮੈਂ ਦੇਖ ਪਿਆ ਕੇ ਖੇਲ। ਫਿਰ ਮਹਾਰਾਜ ਜੀ ਉਚਾਰਨ ਕਰਦੇ ਨੇ ਉਹ ਜਿਹੜਾ ਪਰਮ ਆਨੰਦ ਹੈ ਨਾ, ਉਹ ਜਿਹੜਾ ਪ੍ਰਕਾਸ਼ ਰੂਪ ਧਾਰਨ ਕਰਕੇ ਪਰਮੇਸ਼ੁਰ ਇਨਸਾਨ ਦੇ ਅੰਦਰ ਬੈਠਾ ਹੈ। ਆਰਤੀਆਂ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਉਚਾਰਨ ਕਰਦੇ ਨੇ, ਸਕਲ ਜੋਤ ਰੋਮ ਸਮ ਨਾਹੀ। ਇਸ ਸੰਸਾਰ ਦਾ ਜਿੰਨਾ ਮਰਜ਼ੀ ਪ੍ਰਕਾਸ਼ ਇਕੱਠਾ ਕਰ ਲਓ, ਪੂਰੀ ਦੁਨੀਆਂ ਦਾ ਪ੍ਰਕਾਸ਼ ਇਕੱਠਾ ਕਰ ਲਓ, ਲਾਈਟ ਇਕੱਠੀ ਕਰ ਲਓ, ਲੇਕਿਨ ਉਸ ਪਰਮਾਤਮਾ ਦੇ ਇੱਕ ਰੋਮ ਦੇ ਸਮਾਨ ਜਿਹੜਾ ਪ੍ਰਕਾਸ਼ ਹੈ, ਸਕਲ ਜੋਤ ਰੋਮ ਸਮ ਨਾਹੀ, ਉਹ ਇੱਕ ਰੋਮ ਦੇ ਸਮਾਨ ਵੀ ਨਹੀਂ ਹੈ। ਮਤਲਬ ਇੰਨਾ ਪ੍ਰਕਾਸ਼ ਇਨਸਾਨ ਦੇ ਘੱਟ ਭੀਤਰ ਦੇ ਵਿੱਚ ਵਿਰਾਜਮਾਨ ਹੈ। ਜਿਹੜੇ ਜੀਵ ਬੰਦਗੀ ਕਰਦੇ ਨੇ ਪਰਮੇਸ਼ੁਰ ਨੂੰ ਯਾਦ ਕਰਦੇ ਨੇ, ਆਓ ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦਾ ਸ਼ਬਦ, ਹਮ ਅਪਰਾਧੀ ਨੀਚ ਕਰ ਜਨਮੇ ਕੁਟੰਬ ਲੋਕ ਕਰੇ ਹਾਂਸੀ ਰੇ, ਕਹਿ ਰਵਿਦਾਸ ਰਾਮ ਜਪ ਰਸਨਾ ਕਾਟੈ ਜਮ ਕੇ ਪਾਸੀ ਰੇ। ਆਓ ਬੜੇ ਪ੍ਰੇਮ ਦੇ ਨਾਲ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਲਾਹੀ ਬਾਣੀ ਦੇ ਨਾਲ ਜੁੜੀਏ ਜੀ। ਹਮ ਅਪਰਾਧੀ ਨੀਚ ਕਰ ਜਨਮੇ ਕੁਟੰਬ ਲੋਕ ਕਰ ਹਾਸੀਰੇ, ਕਹੇ ਰਵਿਦਾਸ ਰਾਮ ਜਪ ਰਸਨਾ ਕਾਟੈ ਜਮ ਕੀ ਪਾਸੀ ਰੇ, ਕਹੇ ਰਵਿਦਾਸ ਰਾਮ ਜਪ ਰਸਨਾ ਕਾਟੈ ਜਮ ਕੀ ਪਾਸੀ ਰੇ, ਹਮ ਅਪਰਾਧੀ ਨੀਚ ਕਰ ਜਨਮੇ ਹਮ ਅਪਰਾਧੀ ਕਰ ਜਨਮੇ ਕੁਟੰਬ ਲੋਕ ਕਰ ਹਾਸੀਰੇ, ਕਹਿ ਰਵਿਦਾਸ ਰਾਮ ਜਪ ਰਸਨਾ ਕਾਟੈ ਜਮ ਕੀ ਪਾਸੀਰੇ, ਕਹਿ ਰਵਿਦਾਸ ਰਾਮ ਜਪ ਰਸਨਾ ਕਾਟੈ ਜਮ ਅਪਰਾਧੀ ਨੀਚ ਕਰ।
चरण में ताथे पतित नहीं तो पावन हरत ज्ञान ना त्याया रे ताथे पतित नहीं तो पावन हरत ज्ञान ना त्याया हम पूज पूज पैगर थे नाम अनुपम कारे हम अपराध नीच कर जन में हम अपराध नीच कर जन में उटंब अष्टादश व्याकरण बखाने रे तीन काल खट जीता रे प्रेम भगत अंतर्गत नाही ताते कुटंब लोक कर हासी रे कहे रविदास राम जप रसना काटे जम की पासी रे कहे रविदास राम जप रसना काटे Thank you.
ताते पलो सवान को सतरे हर चरण ना चित लाया टंग लो करना सीरे ऐ रविदास राम जप रसना कहे जन की पसीरे ऐ रविदास राम जप रसना कहे जन की पसीरे हम अपरा टंग लोक करना सीरे कह रविदास राम जप रसना कटे जन की पसीरे कह रविदास राम जप रसना कटे जन की पसीरे कह हम बांधे मोह पास हम बांधे मोह पास जो हम बांधे मोह पास हम प्रेम बंधन तुम बांधे हम प्रेम बंधन तुम बांधे हम बांधे हम बांधे बांधे
छूटन को जतन करो, हम छूटे तुम आराधे, हम छूटे तुम आराधे। माधवे जानते हो जैसी तैसी आप गावा करो,
पावन को हर राजा, पावन को हर राजा, अपन बाप नहीं किसी को
मित्र तेरा और नहीं को तू देखी नदर पासा नदर पासा नदरी नदर सुधार मन कह रविदास विचार नदरी नदर सुधार मन कह रविदास विचार मित्र तेरा और नहीं को और नहीं को मित्र तेरा और नहीं को नाम ते आवे सिद्ध पे जपन जप महाबार सतगुरु के संग लाग कर लोगा नदरी नदर सुधार मन कह रविदास विचार मित्र तेरा और नहीं को गोपाल जहाज जुग गुर मन सा पूरन हार साहिब की लख लख बार मुख से लख लख
कब आओगे गुरु जी मारे देश मीरा देखे बात खड़ी आवन आवन कह गए थे कर गए कॉल ने गिनते गिने कब आओगे गुरु जी मारे दे मीरा देख बाट सतगुर आवन गे पेरा पावन गे सतगुर आवन गे पेरा पावन I'm not afraid.
ਸਤਿ ਕੇ ਜਾ
हर से प्रीत करो, हर से प्रीत करो, प्रीत करो मन मेरे, प्रीत करो से प्रीत करो मन मेरे, ऐसी मनो प्रीत कर, मनो प्रीत कर, जैसी चकवी सूर जन रविदास ब्रह्म रंग राता, अगण हो सब दूर दूर जन रविदास ब्रह्म रंग राता, हर से प्रीत करो, हर से प्रीत, चांद चौदह पे जब दिखता सर्व आकार, जैसे
जैसे चंद चकोर, जैसे चंद चकोर। हर से प्रीत करो, हर से प्रीत करो, प्रीत करो रविदास सन से सब मिटे प्रभु प्रेम बस गो जैसे चंद चकोर, जैसे चंद चकोर, जैसे चंद चकोर। हर से हर से प्रीत करो, प्रीत करो मन मेरे, प्रीत करो मन मेरे, प्रीत करो मन मेरे, प्रीत करो मन मेरे। सोहम सतनाम तया
ਐਤਵਾਰ ਅੰਮ੍ਰਿਤ ਦਾ ਭਰਿਆ ਬੋਲੇ ਅੰਮ੍ਰਿਤ ਭੈਣ ਗੁਰੂ ਕਾ ਸ਼ਬਦ ਜਪੋ ਦਿਨ ਰਾਤੀ ਤਾਇਆ ਵੈ ਹਰ ਕਾ ਸਿਮਰਨ ਸਾਰ ਰਵਿਦਾ ਜੋ ਨਾਮ ਚਾਰੀਏ ਪਾਇਆ ਮੁਖ ਦੁਆਰ ਟੇਕ ਸੋਮਵਾਰ ਸਭ ਥੋਰ ਮੇ ਜਲੇ ਤਲੇ ਭਗਵਾਨ ਮਹਿਮਾ ਪ੍ਰਭੂ ਗਾਏ ਤਬ ਹੋਵੇ ਕਲਿਆਣ ਗੋਬਿੰਦ ਗੋਬਿੰਦ ਜਾਪ ਸੇ ਆਵੇ ਸਦਾ ਆਨੰਦ ਸੋਮਵਾਰ ਸੁਖ ਦਾ ਜਪੋ ਜਪੋ ਰਵਿਦਾਸ ਮੰਗਲ ਵਾਰ ਆਵੇ ਸਦਾ ਹੋਵੇ ਮੰਗਲ ਚਾਰ ਰਲ ਮਿਲ ਸਖੀਆਂ ਸਿਮਰ ਲੋ ਹਰ ਹਰ ਨਾਮ ਅਦਾਰ ਪ੍ਰੀਤਮ ਚਰਨੀ ਲਾਗਿਆ ਕਵੀ ਨਾ ਆਵੇ ਹਾਰ ਮੰਗਲ ਵਾਰ ਸੁਲੱਖਣਾ ਕਹਿ ਰਵਿਦਾਸ ਵਿਚਾਰ ਤੇ ਬੁੱਧਵਾਰ ਬੋਧ ਸਦਾ ਹੋਵੇ ਗਿਆਨ ਪ੍ਰਕਾਸ਼ ਗੁਰੂ ਪ੍ਰੇਮ ਪੂਰੇ ਜੋ ਮਿਲੇ ਟੂਟੇ ਜੰਗੀ ਪਾਸ ਹੰਤ ਸਗਾਈ ਪ੍ਰਭੂ ਪੈ ਕਰਮ ਕਮਾਏ ਸੋ ਬੁੱਧ ਬਾਰ ਬੁੱਧ ਸਫਲ ਹੈ ਰਵਿਦਾਸ ਭਗਤ ਗੋਏ ਵੀਰ ਬਾਰ ਵਿਦਿਆ ਬਣੇ ਪੁਨ ਪੁਨਾਏ ਬਿਆਸ ਸਤਿਗੁਰ ਪੂਰੇ ਮਿਲਨ ਸੇ ਹੋਵੇ ਆਤਮ ਪ੍ਰਕਾਸ਼ ਵੀਰਵਾਰ ਵਿਚਾਰੀਏ ਨਸੇ ਪਾਪ ਹਜ਼ਾਰ ਸ਼ੁਕਰਵਾਰ ਸੁਭਾਵਨਾ ਛਿਨ ਛਿਨ ਪਜ ਕਰਤਾਰ ਵਿਸ਼ੇ ਵਾਸਨਾ ਝੂਠੀਆਂ ਦੇਵੇ ਨਰਕਾਂ ਦਾ ਗਤ ਕਰਮਾ ਨੁਸਰਾ ਹੈ ਜੈਸਾ ਜੈਸਾ ਹੋਵੇ ਸ਼ੁਕਰਵਾਰ ਸੁਭਾਵਨਾ ਰਵਿਦਾਸੀ ਨਾਮ ਸ਼ਨੀਵਾਰ ਭਜਨ ਸ੍ਰੇਸ਼ਟ ਸਤ ਸਤ ਸਭ ਵਾਰ ਸ਼ੁਭ ਕਰਮਾ ਸੇ ਸਫਲ ਹੈ ਆਵਣ ਜਾਣ ਸੰਸਾਰ ਬਿਨ ਭਜਨ ਬਿਰਥਾ ਸਭ ਜਾਣਦੇ ਜੋ ਜੋ ਬਤਵਾਰ ਬਾਰੰਬਾਰ ਹਰ ਸਿਮਰੀਏ ਕਹਿ ਰਵਿਦਾਸ ਵਿਚਾਰ ਬਿਨ ਭਜਨ ਬਿਰਥਾ ਸਭ ਜਾਣਦੇ ਜੋ ਜੋ ਬਤਵਾਰ ਬਾਰੰਬਾਰ ਹਰ ਸਿਮਰੀਏ ਕਹਿ ਰਵਿਦਾਸ ਵਿਚਾਰ ਸਲੋ ਹਰ ਸੋ ਗੀਰਾ ਛਾੜ ਕੇ ਕਰ ਗਏ ਆਨ ਕੀ ਆਸ ਤੇ ਨਿਰਦੋਸ਼ ਤੇ ਜਾਣੇਗੇ ਸਤ ਪਾ ਕੇ ਰਵਿਦਾਸ ਸਤ ਨਾਮ 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 ਜੈ ਗੁਰੂ ਦੇਵ ਜੈ ਗੁਰੂ ਦੇਵ ਜੈ ਗੁਰੂ ਦੇਵ
ਆਦਨੀ ਪਰਮ ਸਤਿਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਸਾਹਿਬ ਕਮਾਲ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਿੱਤਰ ਰਸਨਾ ਚੋਂ ਉਚਾਰਨ ਕੀਤੀ ਹੋਈ ਬਾਣੀ ਹਫਤਾਵਾਰ ਦੇ ਜੋ ਕੀਰਤਨ ਆਪ ਸਭ ਸੰਗਤਾਂ ਨੇ ਸਰਵਣ ਕੀਤੇ, ਔਰ ਡੇਰਾ ਸੱਚਖੰਡ ਬੱਲਾਂ ਦੇ ਸੰਚਾਲਕ ਹਜ਼ੂਰ ਮਹਾਰਾਜ ਸਤਿਗੁਰੂ ਸਵਾਮੀ ਨੰਦਨ ਦਾਸ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ, ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਨਮਸਕਾਰਾਂ ਕਰਕੇ, ਮਹਾਰਾਜ ਜੀ ਦੇ ਚਰਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਆਪਾਂ ਆਪਣੇ ਜੀਵਨ ਦੀਆਂ ਘੜੀਆਂ ਨੂੰ ਸੁਲੱਖਣੀਆਂ ਕਰ ਰਹੇ ਹੋ ਤਾਂ ਬਹੁਤ ਹੀ ਵਡਭਾਗਾ ਦਿਨ ਹੈ। ਸਤਿਗੁਰੂ ਸਵਾਮੀ ਨੰਦਨ ਦਾਸ ਜੀ ਮਹਾਰਾਜ ਸਭ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਰਹੇ ਨੇ, ਤੋ ਸਤਿਗੁਰੂ ਸਵਾਮੀ ਸਰਵਨ ਦਾਸ ਜੀ ਮਹਾਰਾਜ ਸਤਿਗੁਰੂ ਸਵਾਮੀ ਨੰਦਨ ਦਾਸ ਮਹਾਰਾਜ ਜੀ ਨੂੰ ਸੰਪੂਰਨ ਦੇਹ ਰੋਗਤਾ ਤੰਦਰੁਸਤੀ ਬਖਸ਼ੀ ਕਰਨੇ ਹੀ ਮਹਾਰਾਜ ਜੀ ਦੇ ਪਾਵਨ ਪਿੱਤਰ ਸ਼੍ਰੀ ਚਰਨਾ ਕਮਲਾਂ ਪਾਸ ਅਰਦਾਸ ਬੇਨਤੀ ਹੈ ਜੀ। ਆਓ ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਦੀ ਪਾਵਨ ਪੁੱਤਰ ਬਾਣੀ ਦਾ ਜੋ ਸ਼ਬਦ ਹੈ, ਰਾਮੇ ਪੂਜਾ ਕਹਾਂ ਚੜਾਊਂ, ਫਲ ਔਰ ਫੂਲ ਅਨੁਪਮ ਨਾ ਪਾਊਂ। ਆਦਨੇ ਗੁਰੂ ਪਿਆਰੀ ਸਾਧ ਸੰਗਤ ਜੀ, ਜੇਕਰ ਇਨਸਾਨ ਨੇ ਪਰਮੇਸ਼ਰ ਨੂੰ ਪ੍ਰਸੰਨ ਕਰਨਾ ਹੋਵੇ, ਪਰਮੇਸ਼ਰ ਦੀ ਦੇ ਓਟ ਚਰਨਾਂ ਦਾ ਓਟ ਆਸਰਾ ਲੈ ਕਰਕੇ ਪਰਮੇਸ਼ਰ ਦੇ ਚਰਨਾਂ ਦਾ ਪ੍ਰੇਮ ਪ੍ਰਾਪਤ ਕਰਨਾ ਹੋਵੇ ਤਾਂ ਦੁਨੀਆਂ ਦੇ ਵਿੱਚ ਬਹੁਤ ਪਦਾਰਥ ਨੇ ਜਿਨ੍ਹਾਂ ਨੂੰ ਅਸੀਂ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਪਣ ਕਰਕੇ ਉਸ ਦੀ ਪੂਜਾ ਕਰ ਸਕਦੇ ਹਾਂ। ਲੇਕਿਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ ਬਾਹਰੀ ਡੰਬਰਾਂ ਦਾ, ਬਾਹਰੀ ਪਦਾਰਥਾਂ ਦਾ, ਬਾਹਰੀ ਵਸਤੂਆਂ ਦਾ ਜਿਹੜਾ ਹੈ ਤਿਆਗ ਕਰਨੇ ਦਾ ਜਿਹੜਾ ਉਪਦੇਸ਼ ਦਿੱਤਾ ਹੈ, ਕਿਉਂਕਿ ਸੰਸਾਰ ਦੇ ਜਿੰਨੇ ਵੀ ਪਦਾਰਥ ਨੇ ਸਾਰੇ ਦੇ ਸਾਰੇ ਝੂਠੇ ਨੇ। ਆਪਾਂ ਸਰਵਣ ਕਰਦੇ ਹਾਂ ਬਾਣੀ ਦੇ ਅੰਦਰ, ਦੂਤ ਅਵਸਰੇ ਥਨੋਂ ਬਿਟਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ, ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੋ, ਆਪਣਾ ਫੂਲ ਅਨੂਪ ਨਾ ਪਾਓ, ਰਾਮੇ ਪੂਜਾ ਕਹਾਂ ਚੜਾਓ, ਫਲ ਔਰ ਫੂਲ ਅਨੂਪ ਨਾ ਪਾਓ, ਧਨ ਕਰ ਦੁੱਧ ਜੋ ਬਛਰੂ ਜੁਟਾਰਿਓ, ਪੁੱਪ ਭਵਰ ਜਲ ਮੀਨ ਬਿਟਾਰਿਓ, ਮਲਿਆ ਗਿਰ ਬੇੜਿਓ, ਪਿਅੰਗਾ ਬਿਸ਼ਮ ਰਦੂ ਏਕੇ ਸੰਘਾ, ਧੂਪ ਦੀਪ ਨੇ ਬੇਦੈ ਬਾਸਾ, ਕੈਸੇ ਪੂਜ ਕਰੇ ਤੇਰੀ ਦਾਸਾ, ਮਨ ਹੀ ਪੂਜਾ ਮਨ ਹੀ ਧੂਪ, ਮਨ ਹੀ ਸਿਉ ਸਹਿਜ ਸਰੂਪ, ਪੂਜਾ ਅਰਚਾਨਾ ਜਾਨੂ ਤੇਰੀ, ਕਹਿ ਰਵਿਦਾਸ ਕਵਨ ਗਤ ਮੇਰੀ। ਜਿੰਨੇ ਵੀ ਪਦਾਰਥ ਆਪਾਂ ਇਕੱਠੇ ਕਰ ਲਈਏ, ਇਕੱਤਰ ਕਰ ਲਈਏ ਸੰਸਾਰ ਦੇ, ਉਹਨਾਂ ਦੇ ਨਾਲ ਪਰਮੇਸ਼ਰ ਦੀ ਪੂਜਾ ਨਹੀਂ ਕੀਤੀ ਜਾ ਸਕਦੀ, ਪਰਮੇਸ਼ਰ ਨੂੰ ਮਿਲਿਆ ਨਹੀਂ ਜਾ ਸਕਦਾ। ਗੁਰੂ ਰਵਿਦਾਸ ਜੀ ਮਹਾਰਾਜ ਕਹਿੰਦੇ ਮਨ ਹੀ ਪੂਜਾ ਮਨ ਹੀ ਧੂਪ, ਮਨੀ ਸਿਉ ਸਹਿਜ ਸਰੂਪ, ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕੇ ਕਾਰਜ ਰਾਸ। ਬਾਣੀ ਵੀ ਇਸ ਗੱਲ ਦੀ ਗਵਾਹੀ ਦਿੰਦੀ ਹੈ। ਆਓ ਬੜੇ ਪ੍ਰੇਮ ਦੇ ਨਾਲ ਜਿੱਥੇ ਆਪਾਂ ਧੰਨ ਕਰਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠੇ, ਆਪਣੇ ਮਨ ਕਿਰਤੀਆਂ ਨੂੰ ਵੀ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੋੜੀਏ, ਸਤਿਗੁਰਾਂ ਦੀ ਪਾਵਨ ਪਿੱਤਰ ਬਾਣੀ ਦਾ ਸ਼ਬਦ ਸਾਰੀਆਂ ਸੰਗਤਾਂ ਸਰਵਣ ਕਰੀਏ ਜੀ। ਰਾਮੇ ਪੂਜਾ ਕਹਾਂ ਚੜਾਊਂ, ਫਲ ਔਰ ਫੂਲ ਅਨੁਪਮ ਨਾ ਪਾਉਂ, ਰਾਮੇ ਪੂਜਾ ਕਹਾਂ ਚੜਾ, ਰਾਮੇ ਪੂਜਾ ਕਹਾਂ ਚੜਾ, ਫਲ ਔਰ ਫੂਲ
अनुपम न पाओ अनुपम न पाओ राम कैसे पूज करते
कैसे पूज कर तेरी दासा राम पूजा अर्चा न जानू तेरी पूजा
रामानंद महाराज की जय। सर्वेक भगवान की जय। जय गुरुदेव। धन गुरुदेव।